ਸਤਿ ਸ਼੍ਰੀ ਅਕਾਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ Delche Learning Point ਦੇ ਉੱਪਰ ਤੇ ਅੱਜ ਜੋ ਸਾਡੀ ਇਹ ਵੀਡੀਓ ਹੈ ਇਹ ਹੈ ਮੋਟੀਵੇਸ਼ਨਲ ਸੈਸ਼ਨ 4 ਯਾਨੀ ਕਿ ਅੱਜ ਇਹ ਚੌਥੀ ਵੀਡੀਓ ਜਿਹੜੀ ਹੈ ਉਹ ਅਸੀਂ ਮੋਟੀਵੇਟ ਹੋਣ ਲਈ ਆਪਣੇ ਆਪ ਨੂੰ ਵੀ ਤੇ ਤੁਹਾਨੂੰ ਵੀ ਜਿਹੜੀ ਇਹ ਵੀਡੀਓ ਪਾਈ ਜਾ ਰਹੀ ਹੈ ਉਮੀਦ ਕਰਦੇ ਹਾਂ ਸਾਰੀਆਂ ਹੀ ਥੌਟਸ ਸਾਰੇ ਕੋਟਸ ਜਿਹੜੇ ਨੇ ਉਹ ਤੁਹਾਡੇ ਲਈ ਲਾਹੇਵੰਦ ਹੋਣਗੇ ਔਰ ਸਭ ਤੋਂ ਪਹਿਲਾਂ ਪੜ੍ਹਨੇ ਕਿ ਇਫ ਯੂ ਕੈਨ ਡ੍ਰੀਮ ਇਟ ਯੂ ਕੈਨ ਡੂ ਇਟ ਇਹ ਵੌਲਟ ਐ ਡਿਸਨੀ ਨੇ ਕਿਹਾ ਹੈ। ਇਹੀ ਚੀਜ਼ ਦੀ ਗੱਲ ਸੀ ਪਿਛਲੇ 3 ਦਿਨਾਂ ਤੋਂ ਵੀ ਕਰਦੇ ਆ ਰਹੇ ਆ ਕਿ ਜੇਕਰ ਤੁਸੀਂ ਸੋਚ ਲਵੋਗੇ ਤਾਂ ਉਹ ਹੋ ਵੀ ਜਾਏਗਾ। ਇਟ ਇਜ਼ ਨਾ ਹੀ ਸਹੀ ਤਰੀਕੇ ਨਾਲ ਹੁਭੂ ਵਰਕ ਕਰਨ ਗਿਆ ਬਟ ਜੇਕਰ ਐਵੇਂ ਹੀ ਜੋ ਇੱਥੇ ਲਿਖਿਆ ਹੈ ਇਸ ਤੇ ਤੁਸੀਂ ਬਿਲੀਵ ਕਰੋਗੇ ਕਿ ਇਫ ਯੂ ਕੈਨ ਡ੍ਰੀਮ ਇਟ ਯੂ ਕੈਨ ਡੂ ਇਟ ਸੋ ਸਭ ਤੋਂ ਪਹਿਲਾਂ ਸੋਚਣਾ ਸ਼ੁਰੂ ਕਰੋ। ਨੈਕਸਟ ਅਸੀਂ ਗੱਲ ਕਰਾਂਗੇ ਕਿ ਜਿਹੜੇ ਇਹ ਗੱਲ ਕਰਦੇ ਨੇ ਕਿ ਕੰਪੀਟੀਸ਼ਨ ਜਿਹੜੇ ਗੱਲ ਕਰਦੇ ਨੇ ਜੀ ਕਿ ਕੰਪੀਟੀਸ਼ਨ ਇੰਨਾ ਹੈ ਬੱਚਾ 10-10 ਹਜ਼ਾਰ ਹੈ ਖਾਸ ਕਰਕੇ ਮੈਥ ਔਰ ਸਾਇੰਸ ਦੇ ਵਿੱਚ ਵੀ ਅਗਰ ਮੈਂ ਗੱਲ ਕਰਾਂ ਤਾਂ ਇਸ ਵਾਰ 5 ਤੋਂ 7 ਹਜ਼ਾਰ ਬੱਚਾ ਪੇਪਰ ਦੇ ਸਕਦਾ ਔਰ ਇੰਗਲਿਸ਼ ਲਈ ਤਾਂ ਹੈ ਹੀ ਸਾਰਾ 4000 ਠੀਕ ਹੈ ਜੀ ਸੋ ਇੱਥੇ ਲਿਖਿਆ ਕਿ 1% ਵਿਦ ਕਮਿਟਮੈਂਟ ਇਜ਼ ਵਰਥ ਮੋਰ ਦੈਨ 100 ਪੀਪਲ who have only an interest ਕਿ ਕਿੰਨਾਂ ਇਨਸਾਨ ਜਿਸ ਦੀ ਪੂਰੀ ਕਮਿਟਮੈਂਟ ਹੋਵੇ ਉਸ ਦਾ ਮੁੱਲ ਉਸ ਤੋਂ ਵੀ ਜ਼ਿਆਦਾ ਪੈਂਦਾ ਹੈ ਜੇਕਰ 100 ਲੋਕਾਂ ਦਾ ਉਸ ਪ੍ਰਤੀ ਇੰਟਰਸਟ ਹੋਵੇ ਤਾਂ ਕਮਿਟਮੈਂਟ ਵਾਲਾ ਬੰਦਾ ਆਪਣੀ ਜਿੱਤ ਹਾਸਲ ਕਰਕੇ ਚਲਾ ਜਾਂਦਾ ਹੈ ਉਸ ਦਾ ਮੁੱਲ ਜ਼ਿਆਦਾ ਪੈ ਜਾਂਦਾ ਸੋ ਇਹ ਕਹਿਆ ਸੀ ਮੈਰੀ ਕਰੋਲੇ ਨੇ ਸੋ ਇਹ ਚੀਜ਼ ਉਹਨਾਂ ਲਈ ਜਿਹੜੇ ਕੰਪੀਟੀਸ਼ਨ ਦੇ ਵਿੱਚ ਸਟੂਡੈਂਟਸ ਜ਼ਿਆਦਾ ਹੋਣ ਦਾ ਹਵਾਲਾ ਦਿੰਦੇ ਨੇ ਸੋ ਥੈਂਕ ਯੂ ਫॉर ਯੋਰ ਪੇਸ਼ੈਂਸ ਅ ਔਰ ਥੈਂਕਸ ਫॉर ਵਾਚਿੰਗ ਕਿ ਤੁਸੀਂ ਸੁਣਦੇ ਹੋ ਔਰ ਤੁਸੀਂ ਦੇਖਦੇ ਹੋ ਇਸ ਵੀਡੀਓ ਨੂੰ ਪੇਸ਼ੈਂਸ ਨਾਲ ਤਾਂ ਆਪ ਸਭ ਦਾ ਸ਼ੁਕਰੀਆ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਸਾਰੇ ਸਟੂਡੈਂਟਸ ਨਾਲ ਜਿਨ੍ਹਾਂ ਨੇ ਐਗਜ਼ਾਮ ਦੇਣ ਹੈ ਸੋ ਮਿਲਦੇ ਹਾਂ ਕਿਸੇ ਖਾਸ ਨਵੀਂ ਵੀਡੀਓ ਕਿਸੇ ਖਾਸ ਨਵੀਂ ਅਪਡੇਟ ਦੇ ਨਾਲ ਤਦ ਤੱਕ ਖੁਸ਼ ਰਹੋ ਸਲਾਮਤ ਰਹੋ